ਉਹਨਾਂ ਦੀ ਇੱਕ ਪੋਸਟ ਪਈ ਹੋਈ ਇੰਸਟਾਗ੍ਰਾਮ ਦੇ ਉੱਤੇ ਜਿੱਤੇ ਜਦੋਂ ਕੈਂਡਲ ਮਾਰਚ ਸੀਗਾ ਬਾਈ ਤੈਨੂੰ ਨਹੀਂ ਤਰੀਫ ਹਜਮ ਹੈਗੀ ਤਾਂ ਕੋਈ ਚੱਕਰ ਨਹੀਂ ਇਦਾਂ ਹੀ ਸੀ ਫਿਰ ਕੋਈ ਚੱਕਰ ਵਾਲੀ ਗੱਲ ਵੈਲਕਮ ਟੂ ਦੀ ਚੈਨਲ ਜਿਹੜੇ ਭੈਣ ਭਰਾ ਨਵੇਂ ਆਏ ਨੇ ਚੈਨਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਵਾਗਤ ਤੇ ਦਿਲੋਂ ਪਿਆਰ ਸਤਿਕਾਰ ਮੈਂ ਤੁਹਾਡਾ ਆਪਣਾ ਅਮਨਦੀਪ ਮੈਂ ਤੁਹਾਡਾ ਆਪਣਾ ਜਸਮੀਰ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਰਿਐਕਸ਼ਨ ਇੰਜੋਏ ਕਰਦੇ ਹੋਵੋਗੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਵਾਂਟ ਜਸਟਿਸ ਐਂਡ ਜਸਟਿਸ ਫੋਰ ਸਿੱਧੂ ਮੂਸੇਵਾਲਾ ਸਿਰਫ ਇੱਕ ਮਿੰਟ ਕਰਿਓ ਇੱਥੇ ਪਤਾ ਲੱਗ ਜੂਗਾ ਵੀਡੀਓ ਕੈਂਟ ਆ ਕਿਵੇਂ ਆ ਕਿਵੇਂ ਨਹੀਂ ਤੇ ਬਾਕੀ ਟਵਿੱਟਰ ਤੇ ਜਾ ਕੇ ਅਕਾਊਂਟ ਜ਼ਰੂਰ ਬਣਾਓ ਤੇ ਹੈਸ਼ਟੈਗ ਵੱਧ ਤੋਂ ਵੱਧ ਯੂਜ਼ ਕਰੋ ਆਪਣੇ ਨਾਲ ਭੈਣ ਭਰਾਵਾਂ ਨੂੰ ਵੀ ਬੋਲੋ ਕਿ ਹੈਸ਼ਟੈਗ ਜਿੰਨਾ ਹੋ ਸਕੇ ਉਹਨਾਂ ਯੂਜ਼ ਕਰੋ ਤਾਂ ਜੋ ਆਪਾਂ ਜਸਟਿਸ ਦੇ ਨੇੜੇ ਪਹੁੰਚੀਏ ਬਿਲਕੁਲ ਤੇ ਇੱਕ ਭਰਾ ਨੇ ਅੱਜ ਵੀਡੀਓ ਸੈਂਡ ਕੀਤੀ ਸੀ ਜੇ ਤਾਂ ਮਤਲਬ ਛੇੜਨੀ ਆ ਕੰਟਰੋਵਰਸੀ ਭਰਾਵਾ ਫਿਰ ਸਿੱਧੀ ਗੱਲ ਕਰ ਲਿਆ ਕਰ ਨਾਮ ਲੈ ਕੇ ਸਹੀ ਆ ਵਿੱਚ ਹੀ ਕਿ ਹੁਣ ਇੱਦਾਂ ਵੀ ਹੁਣ ਇੱਦਾਂ ਵੀ ਲੱਗੂ ਗਾਣਿਆਂ ਦੀ ਗੱਲ ਕਰਦੇ ਉਹ ਕੈਸੀਆਂ ਯਾਰ ਉਹੀ ਇਨਸਾਫ ਵੱਲ ਜਾਵੇ ਕਿ ਗਾਣੇ ਰਿਲੀਜ਼ ਕਰਨ ਨਾਲ ਜਾਵੇ ਜਿਸ ਚ ਬਾਈ ਤੇਰੇ ਆਪਦੇ ਬਿਆਨ ਹੀ ਨੀ ਤੇਰੇ ਨਾਲ ਮਿਲਦੇ ਤੂੰ ਕਹਿ ਰਿਹਾ ਮੈਂ 6 ਮਹੀਨੇ ਗਿਆ ਸੀ ਮੈਂ 1-2 ਮਹੀਨੇ ਨੀ ਕਿਹਾ ਸੀ ਤੇਰੀ ਵੀਡੀਓ ਪਈ ਆ ਜਾ ਕੇ ਜਰੂਰ ਚੈੱਕ ਕਰ ਲਈ ਸਹੀ ਆ ਤੇ ਬਾਕੀ ਜੇ ਸਾਡੇ ਸਾਨੂੰ ਰਿਪਲਾਈ ਦੇਣਾ ਭਰਾਵਾ ਨਾਮ ਲੈ ਲਿਆ ਕਰ ਠੀਕ ਆ ਆਪ ਅਸੀਂ ਤਾਂ ਨਾਮ ਲੈ ਕੇ ਹੀ ਗੱਲ ਕਰਦੇ ਹੁੰਦੇ ਆ ਸਤਿਗੁਰ ਜੀ ਭਰਾਵਾ ਜੋ ਗਾਣਾ ਨਾਮ ਲੈ ਕੇ ਅਸੀਂ ਜਿੱਦਣ ਦਾ ਹੈਸ਼ਟੈਗ ਯੂਜ਼ ਕੀਤੇ ਆਪਾਂ ਗੱਲ ਹੀ ਨਹੀਂ ਕੀਤੀ ਉਹੀ ਮੈਂ ਕਹਿ ਰਿਹਾ ਅਸੀਂ ਤਾਂ ਵੀਡੀਓ ਪਾਈ ਆ ਪਤਾ ਨਹੀਂ ਪਾਉਣੀ ਆ ਇੱਕ ਮੈਂ ਤਾਂ ਧਿਆਨ ਨਹੀਂ ਦਿੱਤਾ ਐਡਿਟ ਕਰਨ ਦੇ ਟਾਈਮ ਕਿਸੇ ਵੀਡੀਓ 'ਚ ਕਿਹਾ ਵੀ ਆ ਕਿ ਭਰਾਵਾ ਵਧੀਆ ਹੈਸ਼ਟੈਗ ਯੂਜ਼ ਕਰਨ ਲੱਗਾ ਜੀ ਰਿਸਪੈਕਟ ਕਰਦੇ ਹਾਂ ਚਲੋ ਵਧੀਆ ਹੈ ਨਾ ਵੀ ਸਾਡਾ ਕੋਈ ਰੌਲਾ ਨਹੀਂ ਕਿਸੇ ਨਾਲ ਵੀ ਸਿਰਫ ਹੈਸ਼ਟੈਗ ਤੱਕ ਤੇ ਲੀਕ ਗਾਣੇ ਤੱਕ ਦਾ ਹੀ ਹਾਂ ਜੇ ਬਾਕੀ ਫਿਰ ਵੀ ਤੈਨੂੰ ਭਰਾਵਾ ਕਿਸੇ ਗੱਲੋਂ ਆਏ ਹੁੰਦਾ ਵਾ ਵੀ ਮੇਰੇ ਨਾਲ ਪੰਗੇ ਲੈਂਦੇ ਆ ਜਾਂ ਕੰਟਰੋਵਰਸੀ ਛੇੜ ਲਿਆ ਭਰਾਵਾ ਤੂੰ ਸਾਡਾ ਨਾਂ ਲੈ ਲਿਆ ਕਰ ਸਿੱਧਾ ਯਾਰ ਠੀਕ ਆ ਚਲੋ ਬਾਕੀ ਅੱਜ ਦੀ ਜਿਹੜੀ ਵੀਡੀਓ ਆਏਗੀ ਆ ਸਿੱਧੂ ਮੂਸੇਵਾਲੇ ਬਾਈ ਦੇ ਲਾਈਵ ਦੇ ਉੱਤੇ ਲਾਈਵ ਸਟੂਡੀਓ ਦੇ ਵਿੱਚ ਬੈਠ ਕੇ ਬਾਈ ਲਾਈਵ ਇੰਸਟਰੂਮੈਂਟ ਦੇ ਨਾਲ ਗਾਣਾ ਗਾ ਰਿਹਾ ਵਾ ਹਿੰਦੀ ਗਾਣਾ ਵਾ ਤੁਮੇ ਦਿਲ ਲਗੀ ਭੁੱਲ ਜਾਣੀ ਪੜੇਗੀ ਸਹੀ ਹੈ ਕੁਆਲੀ ਸੀਗੀ ਕੁਆਲੀ ਤੋਂ ਬਾਅਦ ਇਹ ਗਾਣਾ ਵੀ ਆਇਆ ਮੂਵੀਜ਼ ਦੇ ਵਿੱਚ ਹਨਾ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਆ ਕੁਆਲੀ ਰਿਸਪੈਕਟਡ ਸੁਣਦੇ ਆ ਬਾਈ ਦੇ ਮੂੰਹੋਂ ਹਿੰਦੀ ਵਾਲੇ ਗਾਣੇ ਮਤਲਬ ਹਿੰਦੀ ਕੁਆਲੀ ਇੱਕ ਅਲੱਗ ਹੀ ਮਾਹੌਲ ਬਣਾਇਆ ਹੋਊਗਾ ਹਨਾ ਸੋ ਵੱਧਦੇ ਆ ਵੀਡੀਓ ਵਾਲੇ ਸਟੇ ਟਿਊਨ ਕਰਦੀ ਸ਼ੁਰੂ ਲੈਟਸ ਸੀ ਅੱਖਾਂ ਬੰਦ ਕਰਕੇ ਫੀਲ ਕਰਕੇ ਪ੍ਰੋਪਰ ਗਾ ਰਿਹਾ ਪ੍ਰੋਪਰ ਫੀਲ ਕਰਕੇ ਗਾਣੇ ਨੂੰ ਇੱਕਦਮ ਇੰਜੋਏ ਕਰਦਾ ਪਿਆ ਪੂਰਾ ਇੰਜੋਏ ਕਰ ਰਿਹਾ ਫੇਵਰਟ ਗਾਣਾ ਹੁੰਦਾ ਬਾਈ ਦਾ ਤੁਮੇ ਦਿਲ ਲਗੀ ਭੁੱਲ ਜਾਣੀ ਪੜੇਗੀ ਮੁਹੱਬਤ ਕੀ ਰਾਹੋਂ ਮੈਂ ਆਕਰ ਤੋਂ ਦੇਖੋ ਘੈਂਟ ਵੋਕਲ ਘੈਂਟ ਉਸਤਾਦ ਘੈਂਟ ਸਿਰਾ ਲਾਇਆ ਪਿਆ ਕੰਮ ਸੀਰੀਅਸਲੀ ਯਾਰ ਪ੍ਰੋਪਰ ਆ ਘੈਂਟ ਯਾਰ ਇੱਥੋਂ ਪਤਾ ਚੱਲਦਾ ਕਿ ਹਰ ਇੱਕ ਤਰ੍ਹਾਂ ਦਾ ਗਾਣਾ ਹਰ ਇੱਕ ਲੈਂਗੁਏਜ ਦੇ ਵਿੱਚ ਗਾ ਸਕਦਾ ਠੀਕ ਆ ਸੁਰ ਤਾਲ ਵੀ ਬਰਾਬਰ ਹੈ ਨਾ ਪੂਰੇ ਚਿੱਬ ਕੱਢ ਸਕਦਾ ਚਿੱਬ
ਸਹੀ ਆ ਫਿਰ ਇੱਥੇ ਬਣਦੀ ਆ ਨਾ ਉਹ ਗਾਡ ਡੈਮ ਵਾਲੀ ਗੱਲ ਆ ਇੱਥੇ ਫਿਰ ਗਾਡ ਡੈਮ ਬ੍ਰੋ ਗਾਡ ਡੈਮ ਸੀਰੀਅਸ ਸੱਤਾ ਗਾਉਣ ਵਾਲਾ ਨਹੀਂ ਸੀ ਕਹਿੰਦੇ ਘੈਂਟ ਬਣਦੇ ਨਾ ਵੀ ਉਸਤਾਦ ਵੀ ਵੀ ਇੱਕੋ ਹੀ ਤਰਜ ਵਿੱਚ ਗਾਈ ਜਾਂਦਾ ਆ ਹਨਾ ਕਈ ਯੂਟਿਊਬ ਵਾਲੇ ਉਸਤਾਦ ਆਖਦੇ ਇੱਕੋ ਹੀ ਤਰਜ ਵਿੱਚ ਗਾਈ ਜਾਂਦਾ ਤੇ ਉਹਦੇ ਤੇ ਉਹਨਾਂ ਨੂੰ ਜਵਾਬ ਆ ਬਹੁਤ ਕਰਾਰਾ ਸਿੱਧਾ ਹੀ ਜਵਾਬ ਆ ਕਿ ਵਹਿਮ ਕੱਢੇ ਆ ਬਾਈ ਸੀਰੀਅਸਲੀ ਹੇਕ ਵੀ ਲੱਗੀ ਚੁਣ ਚੁਣ ਕੇ ਵਹਿਮ ਕੱਢੇ ਆ ਹੇਕ ਵੀ ਲਾਈ ਆ ਸੁਰਤਾਲ ਦਾ ਵੀ ਪਤਾ ਲਿਰਿਕਸ ਦੇ ਵਿੱਚੋਂ ਵੀ ਜਿੱਦਾਂ ਦੇ ਰੈਫਰੈਂਸ ਦਿੱਤੇ ਆ ਉਦਾਂ ਦੇ ਕੋਈ ਨੇੜੇ ਤੇੜੇ ਵੀ ਨਹੀਂ ਸੀਗਾ ਕਿ ਬੰਦਾ ਸੋਚ ਲਵੇ ਕਿ ਯਾਰ ਇੱਦਾਂ ਦਾ ਰੈਫਰੈਂਸ ਦੇ ਦਈਏ ਉਦਾਂ ਦੇ ਦਈਏ ਨੇੜੇ ਤੇੜੇ ਕਦੇ ਨਹੀਂ ਹੋ ਸਕਦਾ ਬਈ ਜਿੰਨਾ ਮਰਜ਼ੀ ਕੋਈ ਕਹਿ ਲਵੇ ਕਿ ਹਾਂ ਵੀ ਸਿੱਧੂ ਬਾਈ ਅੱਜ ਕੱਲ੍ਹ ਤਾਂ ਗਾਣੇ ਉਦਾਂ ਦੇ ਆਉਣ ਲੱਗ ਪਏ ਆ ਸਿੱਧੂ ਬਾਈ ਦੇ ਲਿਰਿਕਸ ਦੇ ਵਿੱਚੋਂ ਗੱਲਾਂ ਨੋਟਿਸ ਕਰਕੇ ਉਦਾਂ ਦੇ ਲਿਰਿਕਸ ਆਉਣ ਲੱਗ ਪਏ ਆ ਵਰਡਸ ਕੈਰੀ ਕਰਕੇ ਗਾਣਾ ਬਣਾ ਤਾ ਪਰ ਉਹ ਚੀਜ਼ ਨਹੀਂ ਘੈਂਟ ਗੱਲਬਾਤ ਯਾਰ ਘੈਂਟ ਗੱਲਬਾਤ ਘੈਂਟ ਗੱਲਬਾਤ ਸੀਰੀਅਸਲੀ ਮੈਨ ਚਿੱਬ ਕੱਢੇ ਪਏ ਉਸਤਾਦ ਚਿੱਬ ਕੱਢੇ ਪਏ ਬੰਦੇ ਨੇ ਸਿਰਾ ਲਾਇਆ ਪਿਆ ਕੰਮ ਯਾਰ ਕਿ ਆਹ ਵੀ ਵਰਡ ਛੋਟੇ ਹੋ ਜਾਂਦੇ ਆ ਯਾਰ ਸਿਰਾ ਚਿੱਬ ਔਸਮ ਪਰਫੈਕਟ ਨਹੀਂ ਮੂਹਰੇ ਕਹਿ ਕੇ ਸਿੱਧੂ ਬਾਈ ਦੇ ਕੋਲ ਲਾ ਲਈਏ ਨਾ ਸੋ ਇੱਥੇ ਆਪਾਂ ਗੱਲ ਕਰਦੇ ਹਾਂ ਠੀਕ ਆ ਉਹ ਚੈਨਲ ਵਾਲੇ ਦੀ ਜਿਹੜਾ ਕਹਿੰਦਾ ਕਿ ਸਿੱਧੂ ਬਾਈ ਨੂੰ ਸੁਣਨ ਨੂੰ ਉਹਦੇ ਫੈਨਸ ਉਹਦੇ ਕੋਲ ਹਰ ਵਾਰ ਇੱਕੋ ਗੱਲ ਹੁੰਦੀ ਆ ਫੈਨਸ ਸਿੱਧੂ ਬਾਈ ਦੇ ਸੁਣਨ ਨੂੰ ਬਾਈ ਦੀ ਆਵਾਜ਼ ਏਦਾਂ ਦਾ ਬਾਈ ਬਹੁਤ ਕੁਛ ਪਿਆ ਯਾਰ ਬਹੁਤ ਇੰਨਾ ਡਾਟਾ ਪਿਆ ਨਾ ਯੂਟਿਊਬ ਤੇ ਇੱਥੇ ਬਾਈ ਲਾਈਵ ਸਿੰਗਿੰਗ ਕਰ ਰਿਹਾ ਠੀਕ ਆ ਬਾਈ ਦੇ ਸ਼ੋਜ਼ ਨੇ ਬਾਈ ਦੇ ਇੰਟਰਵਿਊਜ਼ ਨੇ ਠੀਕ ਆ ਬਾਈ ਦੀ ਲਾਈਫ ਦੇ ਉੱਤੇ ਬਾਈ ਖੇਡ ਰਿਹਾ ਵਾਲੀਬਾਲ ਠੀਕ ਆ ਉੱਥੇ ਗਾਣੇ ਗਾ ਰਿਹਾ ਯਾਰਾਂ ਦੋਸਤਾਂ 'ਚ ਬੈਠਾ ਘਰੇ ਬਾਈ ਦੇ ਆੜੀ ਆਇਆ ਉੱਥੇ ਬਾਈ ਗਾਣੇ ਗਾ ਰਿਹਾ ਉਹ ਚੀਜ਼ਾਂ ਬਾਈ ਬਾਈ ਦੇ ਫੈਨਸ ਜਾਂ ਬਾਈ ਨੂੰ ਚਾਹੁਣ ਵਾਲੇ ਨਾ ਜਿਹੜੇ ਬਾਈ ਦੇ ਪਹਿਲਾਂ ਫੈਨਸ ਤਾਂ ਹੈ ਹੀ ਨਹੀਂ ਕੋਈ ਬਾਈ ਦੇ ਸਾਰੇ ਭੈਣ ਭਰਾ ਨੇ ਜਿਹੜੇ ਚਾਹੁਣ ਵਾਲੇ ਨੇ ਸਹੀ ਆ ਫੈਨ ਫੈਨਸ ਨਾ ਕਰੋ ਬਾਈ ਨੇ ਆਪ ਖੁਦ ਨਹੀਂ ਕਦੇ ਕਿਹਾ ਸੋ ਉਹ ਚੀਜ਼ਾਂ ਜੇ ਬਾਈ ਵੀਡੀਓ ਬਣਾਓਗੇ ਤਾਂ ਤੁਸੀਂ ਆਪ ਦੇਖੋਗੇ ਤੁਹਾਨੂੰ ਕਿੰਨੇ ਲੋਕ ਐਪਰੀਸ਼ੀਏਟ ਕਰਦੇ ਪਏ ਆ ਰੈਦਰ ਦੈਨ ਕਿ ਤੁਸੀਂ ਲੀਕ ਸੌਂਗ ਪ੍ਰਮੋਟ ਕਰੋਗੇ ਜਾਂ ਠੀਕ ਆ ਉਹ ਕਰੋਗੇ ਉਹਦੇ ਨਾਲ ਵੀਰੇ ਠੀਕ ਆ ਤੁਹਾਨੂੰ ਵਿਊਜ਼ ਦੇ ਨੰਬਰ ਮਿਲ ਜਾਣਗੇ ਸਬਸਕ੍ਰਾਈਬਰ ਵੀ ਆ ਜਾਣਗੇ ਉਹ ਵੀ ਉਹ ਆ ਜਾਣਗੇ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਹੈਗਾ ਸਹੀ ਆ ਜਿਹੜੇ ਹਾਂ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਹੈਗਾ ਕਿ ਹਾਂ ਬਾਈ ਆਹ ਲੀਕ ਸੌਂਗ ਬਾਅਦ ਚ ਉਹੀ ਲੱਤਾਂ ਖਿੱਚਣ ਵਾਲੇ ਹੁੰਦੇ ਆ ਠੀਕ ਆ ਅੱਜ ਕਮੈਂਟ ਕਰ ਦੇਣਗੇ ਹੱਕ 'ਚ ਕੱਲ੍ਹ ਨੂੰ ਬਾਈ ਤੇਰੇ 'ਤੇ ਕੋਈ ਗੱਲ ਆ ਗਈ ਕਿ ਹਾਂ ਲੀਕ ਸੌਂਗ ਕਰਦਾ ਵਾ ਜਾਂ ਕੁਝ ਉਹਨਾਂ ਨੇ ਬਾਈ ਤੈਨੂੰ ਉਹ ਕਮੈਂਟ ਕਰਨੇ ਫਿਰ ਦੂਜੇ ਸਹੀ ਆ ਸਾਡੇ ਵੱਲੋਂ ਤਾਂ ਜਿਹੜੇ ਮਰਜ਼ੀ ਕਰੀ ਜਾਂ ਠੀਕ ਆ ਅਸੀਂ ਤਾਂ ਬਾਈ ਬੋਲਾਂਗੇ ਜੇ ਹਾਂ ਲੀਕ ਸੌਂਗ ਕਰੋਗੇ ਸਹੀ ਆ ਤੇ ਬਾਕੀ ਰਹੀ ਗੱਲ ਸਾਡੀ ਗੱਲ ਕਰਨੀ ਹੁੰਦੀ ਆ ਬਾਈ ਨਾਮ ਲੈ ਕੇ ਕਰਿਆ ਕਰ ਸਹੀ ਆ ਅਸੀਂ ਨਾਮ ਲੈ ਕੇ ਗੱਲ ਕੀਤੀ ਆ ਅਸੀਂ ਤਾਂ ਚੱਲ ਫੋਟੋ ਜੇ ਤੇਰੀ ਛੋਟੀ ਵੀ ਲਾਈ ਹੈ ਨਾ ਕੋਈ ਚੱਕਰ ਨਹੀਂ ਲਾ ਕੇ ਹੀ ਗੱਲ ਕੀਤੀ ਆ ਉਹ ਜਿੰਨੀ ਕੁ ਫੋਟੋ ਸਾਨੂੰ ਸਹੀ ਲੱਗੀ ਅਸੀਂ ਉਨੀ ਕੁ ਲਾਈ ਆ ਜਿੰਨਾ ਕੁ ਲੈਵਲ ਆ ਠੀਕ ਆ ਉਨੀ ਕੁ ਫੋਟੋ ਲਾਈ ਆ ਦੂਜਾ ਉਹੀ ਬੇਵਜੂਦ ਦੀ ਗੱਲ 'ਚ ਨਾ ਵੜੋ ਕਿ ਹੁਣ ਐਂ ਨਾ ਕਹਿ ਦਿਓ ਭਰਾਵਾ ਪਹਿਲਾਂ ਵੀ ਨਹੀਂ ਕਿਹਾ ਤਾਂ ਉਹੀ ਆ ਬੇਤੁਕੀਆਂ ਗੱਲਾਂ ਨੇ ਜੇ ਇਹ ਤਾਂ ਕੋਈ ਹੈ ਬਈ ਵੀ ਉਹੀ ਕੰਟਰੋਵਰਸੀ ਜੀ ਛੇੜਨੀ ਆ ਜਾਣ ਕੇ ਹਾਂ ਜਮੇ ਜਾਣ ਕੇ ਆ ਫਿਰ ਇੱਕ ਪਾਸੇ ਹੈਸ਼ਟੈਗ ਤੂੰ ਯੂਜ਼ ਕਰਨ ਲੱਗ ਪਿਆ ਠੀਕ ਆ ਪਹਿਲਾਂ ਤੂੰ ਕਹਿ ਰਿਹਾ ਸੀ ਕੀ ਹੋ ਜੂਗਾ ਬਾਈ ਹਨਾ ਹੈਸ਼ਟੈਗ ਯੂਜ਼ ਕਰਨ ਨਾਲ ਹਾਂ ਤੁਸੀਂ ਇਨਸਾਫ ਸਰਕਾਰਾਂ ਤੋਂ ਮੰਗਦੇ ਫਿਰਦੇ ਹੋ ਜਿਨ੍ਹਾਂ ਨੇ ਇਹ ਕੁਛ ਕਰਾਇਆ ਤੁਸੀਂ ਉਹਨਾਂ ਤੋਂ ਇਨਸਾਫ ਮੰਗਦੇ ਪਏ ਫਾਰਮ ਬਿੱਲ ਜਿਹੜੇ ਫਾਰਮਰ ਬਿੱਲ ਸੀ ਉਹ ਸਰਕਾਰ ਨੇ ਬਣਾਏ ਸੀਗੇ ਤੇ ਆਪਾਂ ਹੀ ਜਦੋਂ ਧਰਨੇ ਲਾ ਕੇ ਉੱਥੇ ਬੈਠੇ ਹਾਂ ਤਾਂ ਹੀ ਉਹੀ ਸਰਕਾਰ ਨੇ ਵਾਪਸ ਲਏ ਆ ਸਹੀ ਆ ਬਾਈ ਜਸਟਿਸ ਲਈ ਕਿਉਂ ਸਿੱਧੂ ਬਾਈ ਦੀ ਫੈਮਿਲੀ ਕਿਉਂ ਯੂਜ਼ ਕਰਦੀ ਪਈ ਆ ਜਦੋਂ ਸਿੱਧੂ ਬਾਈ ਦੇ ਫਾਦਰ ਸਾਹਿਬ ਪੋਸਟ ਪਾਉਂਦੇ ਆ ਇੰਸਟਾਗ੍ਰਾਮ ਦੇ ਉੱਤੇ ਤਾਂ ਉੱਥੇ ਕਿਉਂ ਲਿਖਦੇ ਹੋ ਜਸਟਿਸ ਫੋਰ ਸਿੱਧੂ ਮੂਸੇਵਾਲਾ ਉਹਨਾਂ ਦੀ ਇੱਕ ਪੋਸਟ ਪਈ ਹੋਈ ਆ ਇੰਸਟਾਗ੍ਰਾਮ ਦੇ ਉੱਤੇ ਜਿੱਥੇ ਜਦੋਂ ਕੈਂਡਲ ਮਾਰਚ ਸੀਗਾ ਉਹ ਤੋਂ ਪਹਿਲਾਂ ਪਾਈ ਹੋਈ ਸੀਗੀ ਕੈਂਡਲ ਮਾਰਚ ਵਾਲੀ ਤੇ ਉਹਦੇ ਨੀਚੇ ਪੜਿਓ ਬਾਈ ਕੀ ਲਿਖਿਆ ਪੰਜਾਬੀ 'ਚ ਲਿਖਿਆ ਹੋਇਆ ਨਾਲੇ ਠੀਕ ਆ ਕਿ ਹਾਂ ਹੈਸ਼ਟੈਗ ਵਰਤੋ ਤੇ ਹੈਸ਼ਟੈਗ ਲਾਇਆ ਹੋਇਆ ਉਹਨਾਂ ਨੇ ਸਹੀ ਸਹੀ ਗੱਲ ਕਰੋ ਵੈਲਿਡ ਕਰੋ ਜੋ ਹੈ ਸੋ ਬੇਫਜ਼ੂਲ ਦਾ ਉਹ ਬਲੇਮ ਨਾ ਲਾਓ ਕਿ ਨਜਾਇਜ਼ ਇਹ ਸ਼ੋ ਕੀਤਾ ਕਿ ਮਤਲਬ ਹਰ ਗੱਲ ਤੇ ਨਜਾਇਜ਼ ਮੈਨੂੰ ਵਿੱਚ ਘੜੀਸ ਰਿਹਾ ਸਾਨੂੰ ਕੀ ਲੋੜ ਆ ਘੜੀਸਣ ਦੀ
ਹੋਰ ਵੀ ਬੜੇ ਚੈਨਲ ਨੇ ਵਧੀਆ ਚੱਲਦੇ ਨੇ ਜਾਂ ਹੋਰ ਵੀ ਬਹੁਤ ਨੇ। ਅਸੀਂ ਤਾਂ ਕਪਲ ਆ ਜਿਹੜਾ ਉਹ ਪਾਉਂਦੇ ਨੇ ਕਪਲ, ਉਹਨਾਂ ਬਾਰੇ ਬੋਲਦੇ ਆ, ਉਹ ਤਾਂ ਗੱਲ ਹੀ ਉਹ ਤਾਂ ਹੈ ਹੀ ਬੇਚਾਰਮ ਬਾਈ, ਸਿੱਧੀ ਗੱਲ ਆ ਮੂੰਹ ਤੇ ਕਹਿੰਦੇ ਆ। ਜਿਹੜੇ ਸਾਰੇ ਜਿਨ੍ਹਾਂ ਨੇ ਸਾਰੀ ਲਿਸਟ ਹੀ ਪਾਤੀ ਲੀਕ ਸੌਂਗ ਦੀ ਬਾਈ, ਚਾਹੇ ਇੱਕ ਵਰਡ ਆ ਸਹੀ ਆ ਚਾਹੇ ਇਕੱਲਾ ਮਿਊਜ਼ਿਕ ਆ, ਲੀਕ ਦਾ ਮਤਲਬ ਲੀਕ ਆ ਉਹ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਨੂੰ ਹਨਾ ਘੱਟ ਗਾਣੇ ਨੇ ਇੰਨਾ ਟਾਈਮ ਚਲਾਉਣੇ, ਇੱਕ ਪਾਸੇ ਤੁਸੀਂ ਕਰੀ ਜਾਂਦੇ ਹੋ ਓਬਵੀਅਸਲੀ ਆ। ਸੋ ਯਾਰ ਬਾਈ ਜੇ ਸਾਡੀ ਗੱਲ ਕਰਨੀ ਹੁੰਦੀ ਨਾਮ ਲੈ ਕੇ ਕਰਿਆ ਗਾ, ਠੀਕ ਆ ਆਪ ਤਾਂ ਬਾਈ ਤੂੰ ਕਹਿ ਦਿੰਦਾ ਠੀਕ ਆ ਮੇਰੀ ਗੱਲ ਕਰਨੀ ਨਾਮ ਲੈ ਕੇ ਕਰ ਲਿਓ, ਇਹ ਤਾਂ ਬਾਈ ਤੇਰੀ ਨਾਮ ਲੈ ਕੇ ਹੀ ਗੱਲ ਕੀਤੀ ਜਿੰਨੀ ਅਰਬੀ ਕੀਤੀ ਆ। ਹੁਣ ਤੂੰ ਹੈਸ਼ਟੈਗ ਵਰਤਣ ਲੱਗਿਆ, ਸਾਨੂੰ ਇੱਕ ਭਰਾ ਨੇ ਸੈਂਡ ਕੀਤੀ ਤੇਰੇ ਸਕਰੀਨ ਸ਼ੋਟ, ਠੀਕ ਆ ਹੈਸ਼ਟੈਗ ਵਰਤਣ ਲੱਗ ਪਿਆ, ਅਸੀਂ ਤਾਂ ਉਹਤੇ ਵੀ ਤੈਨੂੰ ਐਪਰੀਸ਼ੀਏਟ ਹੀ ਕੀਤਾ ਤੇ ਜਾ ਕੇ ਵੀਰੇ ਤੂੰ ਦੂਜੀਆਂ ਵੀਡੀਓ ਵੀ ਚੈੱਕ ਕਰ ਲਈ ਧਿਆਨ ਨਾਲ, ਸਹੀ ਹੈ ਜਿਹਦੇ 'ਚ ਅਸੀਂ ਇਹ ਗੱਲ ਆਪਦੇ ਮੂੰਹੋਂ ਕਹੀ ਆ ਕਿ ਬਾਈ ਦੇ ਦੂਜੇ ਕੰਮ ਨੂੰ ਜਾ ਕੇ ਵੱਧ ਤੋਂ ਵੱਧ ਸਪੋਰਟ ਕਰੋ, ਪਿਆਰ ਦਿਓ, ਠੀਕ ਆ ਆਪਣਾ ਭਰਾ ਹੀ ਆ ਪੰਜਾਬੀ ਭਰਾ ਸਹੀ ਆ, ਉਹਨੂੰ ਜਿੰਨਾ ਵਧੀਆ ਉਹਨੇ ਦੂਜੇ ਰਿਐਕਸ਼ਨ ਕੀਤਾ ਜਾ ਕੇ ਸਪੋਰਟ ਕਰੋ, ਅਸੀਂ ਕਿਹਾ ਬਾਈ ਧਿਆਨ ਨਾਲ ਸੁਣੀ ਸਹੀ ਆ। ਸੋ ਮੇਨ ਜਿਹਾ ਗੱਲ ਹੈ ਵੀ ਜਿੱਥੇ ਬਾਈ ਤੂੰ ਗਲਤ ਹੈਗਾ ਤੂੰ ਆਪਣੀ ਚੀਜ਼ ਨੂੰ ਐਕਸੈਪਟ ਕਰਕੇ ਹਾਂ ਮੈਂ ਗਲਤ ਹਾਂ। ਸੋ ਬਾਕੀ ਛੱਡੋ ਯਾਰ ਆਪਾਂ ਬਾਈ ਦੇ ਗੱਲ ਤੇ ਆਉਂਦੇ ਹਾਂ, ਗਾਣਾ ਘੈਂਟ ਪੂਰਾ ਸਵਾਦ ਆ ਰਿਹਾ ਸੀ ਕਿ ਨਹੀਂ ਤੁਸੀਂ ਸੁਣਿਓ ਠੀਕ ਆ, ਤੇ ਆ ਯਾਰ ਅਸੀਂ ਬੋਲੇ ਹਾਂ ਠੀਕ ਆ, ਤਾਂ ਬੋਲੇ ਹਾਂ ਕਿਉਂਕਿ ਹੁਣ ਸਾਡਾ ਕੋਈ ਚੱਕਰ ਵੀ ਜਾਏ ਕੋਈ ਗੱਲ ਵੀ ਹੈ ਨਹੀਂ ਠੀਕ ਆ, ਨਜਾਇਜ਼ ਵੀਡੀਓ ਪਾ ਕੇ ਉਹਦੇ ਵਿੱਚ ਕਿ ਬੋਲਿਆ ਗਿਆ ਵਾ ਇਹ ਚੀਜ਼ ਕਿ ਆ ਹੁਣ ਆਹ ਗਾਣਿਆਂ ਬਾਰੇ ਨਾ ਕਹਿਣ ਲੱਗ ਪਿਓ ਮੈਨੂੰ ਸਹੀ ਆ, ਪਾਈ ਨੀ ਵੀਡੀਓ ਸਹੀ ਆ, ਉਹ ਤੋਂ ਬਾਅਦ ਅਸੀਂ ਇੰਨੀਆਂ ਵੀਡੀਓ ਪਾ ਦਿੱਤੀ ਅਸੀਂ ਤਾਂ ਕਿਤੇ ਗੱਲ ਵੀ ਨਹੀਂ ਕੀਤੀ। ਸੋ ਤਾਰੀਫ ਹੀ ਕੀਤੀ, ਛੱਡੋ ਕੋਈ ਚੱਕਰ ਨੀ, ਜੇ ਬਾਈ ਤੈਨੂੰ ਨਹੀਂ ਤਾਰੀਫ ਹਜਮ ਹੈਗੀ ਤਾਂ ਕੋਈ ਚੱਕਰ ਨੀ, ਏਦਾਂ ਹੀ ਸਹੀ ਫਿਰ ਚੱਕਰ ਵਾਲੀ ਗੱਲ ਹੀ ਫਿਰ ਏਦਾਂ ਹੀ ਸਹੀ ਹੈ ਨਾ, ਫਿਰ ਜਿਵੇਂ ਤੈਨੂੰ ਸਹੀ ਲੱਗਦਾ ਉਵੇਂ ਸੀ। ਹਾਂ ਪਰ ਜੇ ਸਾਡੀ ਗੱਲ ਕਰਨੀ ਵੀ ਸਾਡਾ ਨਾਂ ਲੈ ਕੇ ਗੱਲ ਕਰਿਆ ਗਾ ਸਹੀ ਆ, ਫਿਰ ਤੇਰੇ ਥੱਲੇ ਸਬਸਕ੍ਰਾਈਬਰ ਪੁੱਛ ਦਿੰਦੇ ਆ ਭੈਣ ਭਰਾ ਵੀ ਕਿੰਨਾ ਬਾਰੇ ਗੱਲ ਹੋ ਰਹੀ ਆ, ਉਹ ਕਈ ਗਲਤ ਸਮਝ ਲੈਂਦੇ ਆ ਵੀ ਕਿਸੇ ਹੋਰ ਭਰਾ ਭੈਣ ਨੇ ਜਿਨ੍ਹਾਂ ਦੇ ਚੈਨਲ ਵਧੀਆ ਬਣੇ ਹੋਏ ਨੇ ਵਧੀਆ ਕੰਮ ਕਰਦੇ ਨੇ ਉਹਨਾਂ ਨੂੰ ਸਮਝ ਲੈਂਦੇ ਆ ਵੀ ਉਹਨਾਂ ਨੂੰ ਰਿਪਲਾਈ ਕੀਤਾ ਜਾਂ ਉਹਦੀ ਗੱਲ ਹੋ ਰਹੀ ਹੈ ਨਾ। ਸੋ ਬਾਈ ਜੇ ਸਾਡੀ ਗੱਲ ਕਰਨੀ ਤਾਂ ਨਾਮ ਲੈ ਕੇ ਕਰਿਆ ਕਰ ਸਹੀ ਆ, ਜੇ ਅਸੀਂ ਗਲਤ ਆ ਕਿਤੇ ਤਾਂ ਸਾਨੂੰ ਜ਼ਰੂਰ ਦੱਸ। ਲੀਕ ਸੌਂਗ, ਹੈਸ਼ਟੈਗ, ਫੈਮਿਲੀ ਦੀ ਸੇਫਟੀ ਬਾਰੇ ਗੱਲ ਕੀਤੀ ਸਹੀ ਆ, ਫੇਕ ਜਿਹੜੇ ਚੈਨਲ ਨੇ ਬਣੇ ਹੋਏ ਨੇ ਯੂਟਿਊਬ ਦੇ ਉੱਤੇ ਕਿ ਹਰ ਇੱਕ ਚੀਜ਼ ਦੀਆਂ ਨਿਊਜ਼ਾਂ ਦੇਈ ਜਾਣੀਆਂ ਫੈਮਿਲੀ ਬਾਰੇ, ਠੀਕ ਆ ਮੂਸੇ ਤੁਰੇ ਰਹਿੰਦੇ ਹੈਸ਼ਟੈਗ ਨਹੀਂ ਯੂਜ਼ ਕਰਦੇ ਉਹਨਾਂ ਬਾਰੇ ਬੋਲੇ ਆ ਬਾਈ, ਬੋਲਦੇ ਹਾਂ ਠੀਕ ਆ, ਜੇ ਇਹਨਾਂ ਵਿੱਚੋਂ ਕੋਈ ਵੀ ਗੱਲ ਗਲਤ ਆ ਜੋ ਕਹਿਣਾ ਦੇ ਅੱਜ ਦੇ ਨਹੀਂ ਬੋਲਦੇ। ਹਾਂ ਬਾਕੀ ਚੈਨਲ ਨੂੰ ਆਪਣਾ ਪਿਆਰ ਦਿਓ, ਦੂਜਾ ਚੈਨਲ ਜਾ ਕੇ ਜ਼ਰੂਰ ਸਬਸਕ੍ਰਾਈਬ ਕਰੋ, ਇਹ 'ਤੇ ਬਹੁਤ ਕੰਟੈਂਟ ਆਉਣਾ ਵਾ ਠੀਕ ਆ, ਆਉਣ ਦੀ ਵੇ ਆ, ਚੈਲੰਜ ਆਉਣੇ ਆ, ਫਨੀ ਵੀਡੀਓਜ਼ ਆਉਣਗੀਆਂ ਠੀਕ ਆ, ਇੱਕ ਪ੍ਰੋਪਰ ਜੋ ਵੀ ਲੋਕ ਹੁੰਦੇ ਨੇ ਉਹ ਬਣਾ ਕੇ ਪਾਵਾਂਗੇ, ਤੁਸੀਂ ਬਸ ਪਿਆਰ ਦਿਓ, ਸਾਥ ਬਣਾਈ ਰੱਖੋ ਅਤੇ ਬਾਕੀ ਕਮੈਂਟਾਂ ਵਿੱਚ ਹੈਸ਼ਟੈਗ ਯੂਜ਼ ਕਰੋ ਵੱਧ ਤੋਂ ਵੱਧ, ਵੀ ਵਾਂਟ ਜਸਟਿਸ ਜਸਟਿਸ ਫੋਰ ਸਿੱਧੂ ਮੂਸੇਵਾਲਾ, ਅਵੋਇਡ ਫੇਕ ਨਿਊਜ਼ ਐਂਡ ਮੀਡੀਆ। ਬਾਕੀ ਚੈਨਲ ਨੂੰ ਸਬਸਕ੍ਰਾਈਬ, ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ, ਘੰਟੀ ਵਾਲਾ ਬਟਨ ਆ ਵੀ ਦੱਬਿਓ, ਕੋਈ ਚੱਕਰ ਨਹੀਂ। ਅਡੀਓਜ਼ ਅਮੀਗੋ।